ਅੱਜ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਪੰਜਾਬੀ ਗੱਭਰੂ ਕੈਨੇਡਾ ਦੀ ਧਰਤੀ 'ਤੇ ਆਪਣਾ ਨਾਮ ਨਾ ਬਣਾ ਕੇ ਹਟਿਆ, ਉਹਦੀ ਨਵਾਂ ਗੀਤ ਆਇਆ, ਉਹਦੀ ਆਡੀਓ ਆਈ ਹੈ, ਆਲ ਆਈਜ਼ ਔਨ ਯੂ। ਮੈਂ ਮੁਖਾਤਬ ਹੋ ਰਿਹਾ ਵਿਨੀ ਸਿੰਘ ਨਾਲ, ਜਿਨ੍ਹਾਂ ਦਾ ਪਿਛੋਕੜ ਜਗਰਾਵਾਂ ਤੋਂ ਹੈ ਔਰ ਕੈਨੇਡਾ ਅਤੇ ਜੰਪਲ ਕੈਲਗਰੀ ਦੇ ਜੰਪਲ ਚੌਥੀ ਤੋਂ ਲੈ ਕੇ ਦਸਵੀਂ ਤਾਈਂ ਇੰਡੀਆ ਪੜ੍ਹ ਕੇ ਆਏ ਦਕਸ਼ਾਈ ਪਬਲਿਕ ਸਕੂਲ ਤੋਂ। ਉਸ ਤੋਂ ਬਾਅਦ ਆ ਕੇ ਇੱਥੇ ਅੱਗੇ ਪੜ੍ਹਾਈ ਸ਼ੁਰੂ ਕੀਤੀ, ਪਰ ਇਹਦੇ ਨਾਲ ਨਾਲ ਉਹਨਾਂ ਦਾ ਰੁਝਾਨ ਗਾਇਕੀ 'ਚ, ਪੰਜਾਬੀ ਗਾਇਕੀ 'ਚ ਇੱਦਾਂ ਦਾ ਆਇਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬੱਚਾ ਜਿਹੜਾ ਜੰਪਲ ਕੈਨੇਡਾ ਦਾ ਹੋਏ ਔਰ ਉਹ ਪੰਜਾਬੀ ਔਰ ਪੰਜਾਬੀ ਨਾਲ ਜੁੜਿਆ ਹੋਏ। ਮੇਰੀ ਮੁਰਾਦ ਹੈ ਵਿਨੀ ਸਿੰਘ ਨਾਲ, ਔਰ ਜਿਵੇਂ ਮੈਂ ਤੁਹਾਨੂੰ ਕਿਹਾ, ਬਹੁਤ ਗਾਣਾ ਮਕਬੂਲ ਹੋਇਆ ਉਹਨਾਂ ਦਾ ਆਲ ਆਈਜ਼ ਔਨ ਯੂ, ਸਾਡੇ ਨਾਲ ਅੱਜ ਇੰਟਰਵਿਊ ਕਰ ਰਹੇ ਨੇ, ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿ ਸਾਡੇ ਨੌਜਵਾਨ, ਸਾਡੇ ਗੱਭਰੂ ਬੜਾ ਨਾਮ ਨਾਲ ਖੱਟ ਰਹੇ ਨੇ ਕੈਨੇਡਾ ਦੀ ਧਰਤੀ 'ਤੇ। ਵਿਨੀ, ਤੁਹਾਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਅਰਸ ਨੂੰ, ਥੈਂਕ ਯੂ ਫੋਰ ਹੈਵਿੰਗ ਔਨ ਦ ਸ਼ੋਅ, ਆਈ ਰੀਅਲੀ ਅਪਰੀਸ਼ੀਏਟ ਇਟ ਐਂਡ ਯਾ, ਆਈ ਐਮ ਗਲੈਡ ਟੂ ਬੀ ਹੇਅਰ ਐਂਡ ਲੈਟਸ ਸਟਾਰਟ ਵਿਦ ਦ ਕੁਐਸਚਨ ਐਂਡ ਆਨਸਰਸ। ਵਿਨੀ, ਦੇਖੋ ਐਂ ਹੈ ਕਿ ਤੁਸੀਂ ਬੜੀ ਹੈਰਾਨੀ ਦੀ ਗੱਲ ਹੈ ਇੱਥੇ ਦੇ ਜੰਪਲ ਨੂੰ, ਹਾਂਜੀ, ਔਰ ਤੁਸੀਂ ਪਿੱਛੇ ਧਰਤੀ ਨਾਲ ਵੀ ਜੁੜੇ ਨੇ, ਪੰਜਾਬ ਦੇ ਭਾਉ ਨਾਲ ਵੀ ਜੁੜੇ ਨੇ, ਹਾਂਜੀ ਹਾਂਜੀ, ਔਰ ਪੰਜਾਬੀ ਜਿਹੜੀ ਹੈ ਉਹਦੇ ਲਈ ਸਮਰਪਿਤ ਹੋ, ਹਾਂਜੀ, ਇਹਦਾ ਕੀ ਕਾਰਨ ਹੈ ਕਿ ਤੁਸੀਂ ਪੰਜਾਬੀ ਦੇ ਨਾਲ ਜੁੜੇ ਰਹਿ ਗਏ? ਹਾਂਜੀ, ਮੈਨੂੰ ਅਸਲ 'ਚ ਨਾ ਅੰਦਰੋਂ ਦਿਲੋਂ ਮਹਿਸੂਸ ਹੁੰਦਾ ਕਿ ਆਪਾਂ ਨੂੰ ਹਮੇਸ਼ਾ ਆਪਣੀ ਮਾਂ ਬੋਲੀ ਨਾਲ ਜੁੜਿਆ ਰਹਿਣਾ ਚਾਹੀਦਾ। ਇਹ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ, ਕਿਉਂਕਿ ਜੇ ਆਪਾਂ ਨੂੰ ਆਪਣੇ ਕਲਚਰ ਦਾ ਨਹੀਂ ਪਤਾ, ਆਪਣੇ ਬੈਕਗਰਾਊਂਡ ਦਾ ਨਹੀਂ ਪਤਾ, ਤਾਂ ਇਟਸ ਵੀ ਡੋਂਟ ਹੈਵ ਐਨ ਆਈਡੈਂਟੀ, ਵੀ ਡੋਂਟ ਹੈਵ ਦੈਟ ਸੈਂਸ ਆਫ ਹੂ ਵੀ ਆਰ ਐਂਡ ਵੇਅਰ ਵੀ ਕਮ ਫਰੋਮ, ਰਾਈਟ? ਸੋ ਇਹ ਜਿਹੜਾ ਆਪਣਾ ਵਿਰਸੇ ਨਾਲ ਜੁੜਨਾ ਰਹਿਣਾ, ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਮੈਨੂੰ ਬਹੁਤ ਇਹ ਦਿਲੋਂ ਪਹਿਲਾਂ ਤੋਂ ਹੀ ਮੈਨੂੰ ਹੁੰਦਾ ਸੀ ਕਿ ਆਪਾਂ ਨੂੰ ਵੀ ਨੀਡ ਟੂ ਨੋ ਵੇਅਰ ਵੀ ਫਰੋਮ ਐਂਡ ਆਪਾਂ ਨੂੰ ਉਸ ਚੀਜ਼ ਨਾਲ ਹਮੇਸ਼ਾ ਕਨੈਕਟ ਰਹਿਣਾ ਚਾਹੀਦਾ। ਪਰ ਗਾਇਕੀ ਦੀ ਲਹਿਰ ਤੁਹਾਨੂੰ ਕਿੱਥੋਂ ਲੱਗੀ? ਗਾਇਕੀ ਦੀ ਲਹਿਰ ਜੀ ਉੱਥੋਂ ਜਦੋਂ ਮੈਂ ਇੰਡੀਆ ਵਿੱਚ ਹੁੰਦਾ ਸੀ, ਅਸਲ 'ਚ ਉਦੋਂ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਸਾਡੇ ਸਕੂਲ ਵਿੱਚ ਹੁੰਦਾ ਸੀਗਾ, ਉੱਥੇ ਕੀਰਤਨ ਕਰ ਦਿੰਦੇ ਸੀ ਅਤੇ ਮੈਨੂੰ ਟੀਚਰ ਨੇ ਜਿਵੇਂ ਕੀਰਤਨ ਕਰਨ ਆਤਾ, ਜਿਵੇਂ ਹੇਅਰ ਜਸਟ ਗਿਵ ਇਟ ਅ ਸ਼ਾਟ ਕਿ ਟਰਾਈ ਕਰ ਲਾ, ਅਤੇ ਉੱਥੋਂ ਮੈਨੂੰ ਉੱਥੋਂ ਸ਼ੁਰੂ ਕਰਕੇ ਅਤੇ ਗਾਂ ਜਿਵੇਂ ਕੰਪੀਟੀਸ਼ਨ ਵਿੱਚ ਮੈਂ ਫਿਰ ਪਾਰਟੀਸਪੇਟ ਕਰਨ ਲੱਗ ਗਿਆ, ਕੋਈ ਕੀਰਤਨ ਕੰਪੀਟੀਸ਼ਨ, ਕੋਈ ਗਾਇਕੀ ਦੀ ਕੰਪੀਟੀਸ਼ਨ, ਰਾਈਟ? ਫਿਰ ਉੱਥੋਂ ਹੀ ਮੇਰਾ ਚੱਲ ਪਿਆ ਜਿਵੇਂ ਉੱਧਰੋਂ ਇੰਟਰਸਟ। ਨਹੀਂ ਤੇ ਕੀਰਤਨ ਤੋਂ ਤੁਸੀਂ ਰੈਪ 'ਚ ਆ ਗਏ, ਗਾਇਕੀ 'ਚ ਆ ਗਏ, ਇਹ ਬੜਾ ਫਰਕ ਹੈ, ਹਾਂਜੀ, ਇਹਦਾ ਕਿਉਂ? ਇਹ ਜੀ ਬੇਸਿਕਲੀ ਜਿਹੜਾ ਰੈਪ ਵਾਲਾ ਸੀਗਾ, ਇਹ ਮੈਂ ਪਹਿਲਾਂ ਪੋਇਟਰੀ ਵੀ ਮੈਂ ਜਿਵੇਂ 8ਵੀਂ 9ਵੀਂ ਜਿਵੇਂ ਲਿਖਣ ਲੱਗ ਗਿਆ ਸੀਗਾ, ਅਤੇ ਜਿਵੇਂ ਜਿਹੜਾ ਰੈਪ ਆ, ਇਟਸ ਲਾਈਕ ਰਿਦਮਿਕ ਪੋਇਟਰੀ, ਇਟਸ ਲਾਈਕ ਜਿਹੜੀ ਇਟਸ ਲਾਈਕ ਅ ਸਟਰੀਟ ਵੇ ਆਫ ਡੂਇੰਗ ਪੋਇਟਰੀ ਬਟ ਔਨ ਅ ਬੀਟ, ਅਤੇ ਉਹ ਬੀਟ 'ਤੇ ਜਿਵੇਂ ਬਸ ਫਿਰ ਮੈਂ ਜੋ ਪੋਇਟਰੀ ਜਿਵੇਂ ਉਹ ਜੇ ਲਿਖ ਕੇ ਮੈਂ ਕਰਨ ਲੱਗ ਗਿਆ, ਹੈ ਨਾ, ਮੈਂ ਰੈਪ ਗਾਣੇ ਸੁਣਨ ਲੱਗ ਗਿਆ, ਮੈਨੂੰ ਉਹ 'ਚ ਇੰਟਰਸਟ ਵੱਧਦਾ ਗਿਆ ਮੇਰਾ, ਫਿਰ ਮੇਰਾ ਉਹ 'ਚ ਵੀ ਜਿਵੇਂ ਉਹ ਰੈਪ ਲਿਖਣ ਲੱਗ ਗਿਆ ਮੈਂ, ਅਤੇ ਉਹ ਰੈਪ ਕਰਨ ਲੱਗ ਗਿਆ, ਅਤੇ ਦੈਟਸ ਹਾਊ ਆਈ ਗੋਟ ਇੰਟਰਸਟਡ ਇਨ ਦੈਟ ਐਜ਼ ਵੈਲ। ਪੰਜਾਬੀ ਗਾਇਕੀ ਦਾ ਬੋਰਡ, ਪੰਜਾਬੀ ਗਾਇਕੀ ਦਾ ਬੋਰਡ ਗੁਰਦਾਸ ਮਾਨ 60 ਸਾਲ ਦੇ ਹੋ ਗਏ, ਅੱਜ ਤਾਂ ਹੀ ਨਾਮ ਨਾ ਉਹਨਾਂ ਦਾ, ਔਰ ਜਿਹੜੇ ਬੜੇ ਘਰਾਂ ਦੇ ਕਾਕੇ ਹੈ ਉਹ ਇੱਕ ਦੋ ਗਾਣੇ ਕੱਢ ਕੇ ਉਦੋਂ ਬਾਅਦ ਸੀਨ 'ਤੇ ਰਹਿੰਦੇ ਨਹੀਂ ਹੈ ਪੰਜਾਬੀ ਗਾਇਕੀ 'ਚ, ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਰਹੂਗਾ? ਬੇਸਿਕਲੀ ਜੀ ਮੇਰਾ ਤਾਂ ਇਹ ਸੀਗਾ ਕਿ ਜੇ ਤਾਂ ਇੱਕ ਵਾਰੀ ਆਪਾਂ ਕੀਤਾ ਕੰਮ ਸ਼ੁਰੂ, ਆਪਾਂ ਉਸ 'ਚ ਮਿਹਨਤ ਕਰਦੇ ਰਹਿਣੇ, ਆਪਾਂ ਉਸ ਵਿੱਚ ਪਾਰਟੀਸਪੇਟ ਕਰਦੇ ਰਹਿਣਾ, ਆਪਾਂ ਐਂ ਨਹੀਂ ਆਪਾਂ ਮੰਨ ਕੇ ਨਹੀਂ ਚੱਲੇ ਕਿ ਆਪਾਂ ਇੱਕ ਗਾਣਾ ਕੱਢਣਾ ਅਤੇ ਬਸ ਜੀ ਇੱਕ ਗਾਣਾ ਕੱਢ ਕੇ ਆਪਾਂ ਹਟ ਗਏ, ਹੈ ਨਾ, ਇਹ ਜੀ ਆਪਣਾ ਲਾਈਫ ਲੋਂਗ ਸ਼ੌਂਕ ਹੈਗਾ, ਨੋਟ ਜਸਟ ਅ ਸ਼ੌਂਕ, ਇਹ ਆਪਣਾ ਪੈਸ਼ਨ ਹੈਗਾ, ਇਹ ਲਾਈਫ ਲੋਂਗ ਪੈਸ਼ਨ ਹੈਗਾ ਆਪਣਾ, ਐਂਡ ਆਈ ਵਾਂਟ ਟੂ ਪਰਸਿਊ ਇਟ ਫੋਰ ਅ ਵੈਰੀ ਲੋਂਗ ਟਾਈਮ ਬੇਸਿਕਲੀ। ਵਿਨੀ, ਮੈਂ ਇੱਕ ਐਡਮਿੰਟਨ 'ਚ ਇੱਕ ਹੋਰ ਰੁਝਾਨ ਦੇਖਿਆ, ਹਾਂਜੀ ਹਾਂਜੀ, ਕਾਫੀ ਉੱਘੀਆਂ ਸ਼ਖਸੀਅਤਾਂ ਜਿਹੜੀਆਂ ਬਿਲਡਿੰਗ ਮਟੀਰੀਅਲ 'ਚ ਹੈਗੀਆਂ, ਹਾਂਜੀ ਹਾਂਜੀ, ਹਾਂਜੀ, ਜਿਵੇਂ ਉਪਿੰਦਰ ਹੈਗਾ, ਉਪਿੰਦਰ ਸਿੰਘ ਡੋਰਾ ਵਿੰਡਾ ਵਾਲਾ, ਤੁਸੀਂ ਗ੍ਰੀਨ ਨਾਈਟ ਵਾਲੇ, ਇਹ ਕੀ ਕੈਮਿਸਟਰੀ ਮੈਨੂੰ ਸਮਝ ਨਹੀਂ ਆਇਆ। ਦੇਖੋ ਜੀ ਪਤਾ ਨਹੀਂ ਇਹਦੇ ਜਿਹੜੇ ਘਰ ਬਣਾਉਂਦੇ ਇਕੱਠੇ, ਦੇਖੋ ਜਿਵੇਂ ਜਿਵੇਂ ਡਰਾਈਵਰ ਵਾਲਾ ਆ ਗਿਆ, ਸਾਰੇ ਗਾਇਕੀ ਵਾਲੇ ਫਿਰ ਉੱਥੇ ਉਹਨਾਂ ਵਿੱਚ ਹੀ ਆ ਗਏ ਸਾਰੇ, ਯੂ ਨੋ, ਲਾਈਕ ਇਟਸ ਜਸਟ ਲਾਈਕ ਯੂ ਨੋ ਐਵਰੀਬਾਡੀ ਇਜ਼ ਦੈਟ ਡੂਇੰਗ these things, like, you know, everybody has that passion inside them. No matter ki apa koi hor kaam karde hain, apa dekho daily life ch apa kinne kaam karde hain na, par eh jehde apne passion hunde andar le, eh apa mita nahi sakde, eh apnu zarur pursue karne chahide hai zindagi de vich. Tusi dekho Granite Warehouse de malika de vichon, aur thoda naam na bada apna Canada wide vi, aur import vi karde ho, kadon time kadde ho gaiki layi? ਇਹ ਜੀ ਆਪਣਾ ਦੇਖੋ ਜੀ, ਇਹ ਡੇਲੀ ਲਾਈਫ ਵਿੱਚ ਟਾਈਮ ਕੱਢਣਾ, ਇਟਸ ਹਾਰਡ ਵਰਕ, ਯੂ ਨੋ, ਦਿਨੇ ਆਪਾਂ ਕੰਮ 'ਤੇ ਜਾਣਾ, ਯੂ ਨੋ, ਗੋ ਟੂ ਦ ਸ਼ੋਪ ਐਵਰੀ ਡੇ, ਇਨ ਦ ਈਵਨਿੰਗਸ ਸਿੰਗਿੰਗ 'ਤੇ ਪ੍ਰੈਕਟਿਸ ਦੇਣੀ, ਰਾਈਟਿੰਗ 'ਤੇ ਰੋਜ਼ ਜ਼ਰੂਰ ਕਰਨਾ, ਹੈ ਨਾ, ਇਹ ਜੀ ਹੈਬਿਟਸ ਹੀ ਹੁੰਦੇ ਜੀ, ਰੋਜ਼ ਆਪਾਂ ਨੂੰ ਇਹ ਮਨ ਮਾਰ ਕੇ, ਕਈ ਵਾਰ ਆਪਾਂ ਨੂੰ ਐਂ ਹੁੰਦਾ ਕਿ ਹਾਂਜੀ ਗਾਇਕੀ ਸੌਖਾ ਕੰਮ ਆ ਜੀ, ਆਪਾਂ ਕੋਈ ਚੱਕਰ ਨਹੀਂ ਮੁੰਡੇ ਨੇ ਗਾਣਾ ਗਾਤਾ, ਪਰ ਇਹ ਜੀ
ਪ੍ਰੈਕਟਿਸ ਬਹੁਤ ਚਾਹੀਦੀ ਹੈ ਜੀ ਇਹਦੀ ਆਪਣੀ ਰੋਜ਼, ਜਿਵੇਂ ਲਾਈਕ ਮਨ ਮਾਰ ਕੇ ਕਈ ਵਾਰ ਕੰਮ ਕਰਨਾ ਪੈਂਦਾ। ਜਿਹੜੇ ਇੱਥੇ ਦੇ ਜਵਾਨ ਗੱਭਰੂ ਹੈ ਉਹਨਾਂ ਦੀ ਪ੍ਰਾਇਓਰਿਟੀਜ਼ ਡਿਫਰੈਂਟ ਹੈ, ਉਹਨਾਂ ਦਾ ਕਲਚਰ ਡਿਫਰੈਂਟ ਹੈ, ਉਹ ਕਈ ਵਾਰ ਤੁਹਾਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਹੋ ਤੁਹਾਨੂੰ ਇਸ ਗੱਲ ਤੋਂ ਦੇਖ ਕੇ? ਬਸ ਉਹ ਵੀ ਜਿਵੇਂ ਲਾਈਕ ਇੰਟਰਸਟਡ ਹੁੰਦਾ, ਜਿਵੇਂ ਦੇਖੋ ਜੀ ਮੁੰਡਾ ਕਰਦਾ ਹੈਗਾ ਹਨਾ, ਲਾਈਕ ਹਰ ਕੁਐਸਚਨ ਦਾ ਆਨਸਰ ਤੇਰਾ, ਸੌਰੀ ਵਟ ਕੁੜੇ ਹੋ ਹੋ ਤੇਰੇ ਉੱਤੇ ਲੋਰ ਟਰਾਈਆਂ, ਦੇਸੀ ਜੱਟ ਕੁੜੇ ਹੋ ਹੋ ਤੇਰੇ ਉੱਤੇ ਲੋਰ ਟਰਾਈਆਂ, ਯੈਂਕੀ ਜੱਟ ਕੁੜੇ। ਇਟਸ ਅ ਡਿਫਰੈਂਟ ਥਿੰਗ, ਲਾਈਕ ਆਪਾਂ ਚਲੋ ਇੱਥੇ ਜ਼ਿਆਦਾ ਆਪਾਂ ਇੰਗਲਿਸ਼ ਗਾਣੇ ਸੁਣਦੇ ਹੈਗੇ, ਪੰਜਾਬੀ ਗਾਣੇ ਵੀ ਹੁਣ ਮੁੰਡੇ ਬਹੁਤ ਸੁਣਨ ਲੱਗ ਗਏ ਹਨਾ, ਆਪਣੇ ਪੰਜਾਬੀ ਗਾਣੇ ਦੀ ਅਵੇਅਰਨੈਸ ਬਹੁਤ ਜ਼ਿਆਦਾ ਹੋਣ ਲੱਗ ਗਈ ਐਵਰ ਸਿੰਸ ਕਿ ਜਦੋਂ ਦਾ ਆਪਣੇ ਇੰਡੀਆ 'ਚ ਵੀ ਜਦੋਂ ਦਾ ਇੰਟਰਨੈਟ ਜਿਹੜਾ ਫੈਲਣ ਲੱਗਿਆ, ਆਪਣੇ ਪੰਜਾਬੀ ਗਾਣੇ ਬਹੁਤ ਵਿਸ਼ਵ ਪੱਧਰ 'ਤੇ ਮਸ਼ਹੂਰ ਹੋਣ ਲੱਗ ਗਏ। ਆਪਣੇ ਸਿੱਧੂ ਮੂਸੇਵਾਲਾ ਦੇਖ ਲਓ, ਨੰਬਰ 6 'ਤੇ ਆਈਟਿਊਨ ਸਟਾਰਟ 'ਤੇ ਉਹਦੀ ਐਲਬਮ ਚੜ੍ਹ ਗਈ ਸੀ, ਆਪਣੇ ਪੰਜਾਬੀ ਨੂੰ ਬਹੁਤ ਮਾਣ ਵਾਲੀ ਗੱਲ ਆ। ਜਿਵੇਂ ਇਟ ਮੀਨਸ ਦੈਟ ਕਿ ਆਰ ਨੇਮ ਇਜ਼ ਗੈਟਿੰਗ ਆਊਟ ਦੇਅਰ, ਅਤੇ ਹੁਣ ਆਪਣੇ ਵੀ ਜਿਹੜੇ ਇੱਥੇ ਹੈਗੇ ਮੁੰਡੇ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਇਟਸ ਅ ਨਾਈਸ ਥਿੰਗ, ਯੂ ਨੋ, ਲਾਈਕ ਤੁਹਾਡੀ ਪਰਸਨੈਲਿਟੀ ਨੂੰ ਦੇਖਦੇ ਔਰ ਤੁਹਾਡੇ ਟੈਲੈਂਟ ਨੂੰ ਦੇਖਦੇ ਹੋਏ ਕੁੜੀਆਂ ਬਹੁਤ ਫੈਨ ਹੋਣੀਆਂ ਤੁਹਾਡੀ। ਬਸ ਜੀ ਜਿੰਨੇ ਆਪਾਂ ਮਾੜਾ ਮੋਟਾ ਕਰੀ ਜਾਂਦੇ ਹਾਂ ਹਨਾ, ਆਪਾਂ ਉੱਧਰ ਵੀ ਡੋਂਟ ਫੋਕਸ ਟੂ ਮਚ ਔਨ ਦੈਟ। ਹਾਂਜੀ ਫੈਨਸ ਆਪਣੇ ਮਿਕਸਡ ਹੈਗੇ ਆ ਹਨਾ, ਅਤੇ ਬਸ ਆਪਾਂ ਮਿਹਨਤ ਕਰੀ ਜਾਂਦੇ ਹਾਂ, ਐਂਡ ਫੈਨਸ ਤਾਂ ਚਲੋ ਜਦੋਂ ਮਿਹਨਤ ਕਰਦੇ ਹਾਂ ਤਾਂ ਬਣ ਹੀ ਜਾਂਦੇ ਹੁੰਦੇ ਨਾ। ਮੈਂ ਤੁਹਾਡੀ ਵੀਡੀਓ ਦੇਖੀ ਆ ਲਾਈਜ਼ ਔਨ ਯੂ, ਹਾਂਜੀ ਹਾਂਜੀ, ਉਹਦੇ 10 ਲੱਖ ਵਿਊਅਰ ਹੈ। ਹਾਂਜੀ ਹਾਂਜੀ, ਉਹਨਾਂ ਵਿਊਅਰਸ ਨੂੰ ਤੁਸੀਂ ਕੀ ਲਾਲਚ ਦਿੱਤਾ ਕਿ ਉਹ ਜਿਹੜੀ ਤੁਹਾਡੀ ਵੀਡੀਓ ਦੇਖ ਸਕਣ? ਹਾਂਜੀ ਬਸ ਬੇਸਿਕਲੀ ਜੀ ਆਪਾਂ ਵੀਡੀਓ ਹੀ ਮੈਂ ਡਿਫਰੈਂਟ ਕੋਨਸੈਪਟ ਨਾਲ ਸੋਚੀ ਸੀ। ਮੈਂ ਜਦੋਂ ਗੱਲ ਕੀਤੀ ਸੀ ਆਪਣੇ ਟੂਰਿਸਟ ਪ੍ਰੋਡਕਸ਼ਨ ਵਾਲੇ ਬੰਦੇ ਨਾਲ ਹੈਰੀ ਸ਼ਾਹ ਦਾ, ਆਪਾਂ ਕਿਹਾ ਸੀ ਕਿ ਵੀਡੀਓ ਆਪਾਂ ਡਿਫਰੈਂਟ ਕੋਨਸੈਪਟ ਦੀ ਕਰਨੀ ਹੈਗੀ ਹੈ ਹਨਾ, ਅਤੇ ਸਾਰਾ ਸੈਟਿੰਗ ਵਗੈਰਾ ਡਿਫਰੈਂਟ ਰੱਖਣੀ ਹੈ, ਅਤੇ ਉਹਨਾਂ ਨੇ ਦੇ ਡਿਡ ਅ ਰੀਅਲੀ ਗੁੱਡ ਜੋਬ ਔਨ ਦ ਵੀਡੀਓ, ਦੇ ਸਿਕਿਊਰਡ ਅ ਵੈਰੀ ਗੁੱਡ ਜੋਬ ਔਨ ਦ ਮਿਊਜ਼ਿਕ, ਅਤੇ ਵੀਤ ਬਲਜੀਤ ਨੇ ਵੀ ਰਾਈਟਿੰਗ ਦੇ ਵਾਟ ਕਰਤੇ, ਅਤੇ ਬੇਸਿਕਲੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਉਹਨੇ ਬਹੁਤ ਸੈਟਿਸਫਾਈਂਗ ਕੰਮ ਕੀਤਾ ਸਾਰੇ ਵਿੱਚ, ਤੋਂ ਲੋਕਾਂ ਨੂੰ ਵੀ ਫਿਰ ਬਹੁਤ ਸਾਰਾ ਵਧੀਆ ਲੱਗਿਆ ਜਿਹੜਾ ਸਾਰਾ ਬੇਸਿਕਲੀ ਜਿਹੜਾ ਗਾਣੇ ਦਾ ਐਂਡ ਰਿਜ਼ਲਟ ਸੀਗਾ। ਸੋ ਇਟ ਵਾਜ਼ ਆਸਮ ਜਿਹੜਾ ਐਂਡ ਪ੍ਰੋਡਕਟ ਆਇਆ ਸੀ, ਐਂਡ ਪੀਪਲ ਲਾਈਕਡ ਇਟ। ਸੋਸ਼ਲ ਮੀਡੀਆ 'ਤੇ ਆਪਾਂ ਪੂਰਾ ਪ੍ਰਮੋਟ ਕੀਤਾ ਨਾ ਇਸ ਚੀਜ਼ ਨੂੰ, ਅਤੇ ਬਸ ਲੋਕਾਂ ਨੇ ਫਿਰ ਉਸ ਚੀਜ਼ ਨੂੰ ਖਿੱਚ ਕੇ ਬਹੁਤ ਪਸੰਦ ਕੀਤਾ ਜੀ। ਹੋ ਤੇਰੇ ਉੱਤੇ ਲੋਨ ਟਰਾਈਆਂ, ਕੁੜੀਆਂ ਜੀ ਮੈਂ ਬਹੁਤ ਫਸਾਈਆਂ, ਕੁੜੀਏ ਨੀ ਤੂੰ ਬਾਲੀ ਕੈਮ, ਮਨ ਦੇ ਕੜਤੇ ਸਾਰੇ ਵਹਿਮ, ਨੱਚ ਨੱਚ ਕੁੜੀਏ ਨੀ ਨੱਚ ਕੇ ਦਿਖਾ, ਪੱਬ ਦਰ ਧਰਤੀ ਤੇ ਧਰਤੀ ਹਿਲਾ, ਸੂਟ ਪਟਿਆਲਾ ਸ਼ਾਹੀ ਸੋਹਣੀ ਸਲਵਾਰ, ਤੇਰੇ ਨਸ਼ੇ ਵਾਲੀ ਅੱਖ ਜਗ ਦਿੰਦੀ ਹੈ ਡੁੱਬਾ, ਹੁਣ ਕੀ ਨੂੰ ਗੱਲ ਸੁਣਾਵਾਂ ਮੈਂ, ਤੇਰੇ ਪਿੱਛੇ ਪਿੱਛੇ ਆਵਾਂ ਮੈਂ, ਟਾਈਮ ਕੱਢ ਕੇ ਕਿਤੇ ਸਾਨੂੰ ਮਿਲ ਜਾ, ਤੈਨੂੰ ਲੈ ਕੇ ਚੱਲਾਂ ਜਗਰਾਵਾਂ ਮੈਂ। ਪਰ ਮੈਂ ਦੇਖਿਆ ਕਿ ਪੰਜਾਬੀ ਗਾਇਕੀ ਜੱਟਵਾਦ ਬਹੁਤ ਹੈ, ਜੱਟ ਦੀ ਜ਼ਮੀਨ, ਜੱਟ ਦਾ ਗਡਾਸਾ, ਜੱਟ ਦੀ ਬੰਦੂਕ, ਅਤੇ ਇਹ ਗੱਲਾਂ ਜਿਹੜੀਆਂ ਪੰਜਾਬੀ ਜਿਹੜੇ ਹੈਗੇ ਉਹਨਾਂ ਨੂੰ ਕਈ ਵਾਰ ਕਨੈਕਟ ਨਹੀਂ ਕਰਦੀਆਂ ਬਾਕੀ ਕਮਿਊਨਿਟੀ ਦੇ ਨਾਲ, ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਇਹਦੀ ਆਪਣਾ ਵੇਖੋ, ਇਹ ਤਾਂ ਜਿਵੇਂ ਸਮਝ ਲਓ ਜਿਹੜੀ ਚੀਜ਼ ਇੱਕ ਵਾਰ ਚੱਲੀ ਜਾਂਦੀ ਹੈ ਉਹ ਦੁਬਾਰ ਤੋਂ ਆਪਣੀ ਉਹੀ ਚੱਲੀ ਜਾਂਦੀ ਹੈ, ਰੀਹੈਸ਼ ਹੋ ਕੇ। ਆਹ ਗੱਲ ਇੱਕ ਹੁੰਦੀ, ਆਪਾਂ ਦੁਬਾਰ ਤੋਂ ਉਹੀ ਡਿਫਰੈਂਟ ਬੀਟਸ ਡਿਫਰੈਂਟ ਲਿਰਿਕਸ ਨਾਲ ਆਪਾਂ ਕਰੀ ਜਾਂਦੇ ਹਾਂ। ਚਲੋ ਹੈ, ਜੋ ਲੋਕਾਂ ਨੂੰ ਪਸੰਦ ਹੈ ਉਹ ਹੈ ਹਨਾ, ਜਿਹੜੇ ਆਡੀਅੰਸ ਨੂੰ ਦੇਖ ਕੇ ਆਪਾਂ ਨੂੰ ਮਿਊਜ਼ਿਕ ਕਰਨਾ ਚਾਹੀਦਾ ਕਿ ਜਿਹੜਾ ਆਡੀਅੰਸ ਨੂੰ ਪਸੰਦ ਹੈ ਕਿ ਵਟ ਆਰ ਪੀਪਲ ਗੋਇੰਗ ਟੂ ਲਾਈਕ, ਰਾਈਟ? ਬਟ ਜਿਹੜੇ ਆਪਾਂ ਨੂੰ ਮੈਸੇਜਸ ਵੀ ਆ ਉਹ ਲੂਜ਼ ਨਹੀਂ ਕਰਨੇ ਚਾਹੀਦੇ, ਵੀ ਸ਼ੁੱਡ ਆਲਸੋ ਫੋਕਸ ਔਨ ਮੇਕਿੰਗ ਮਿਊਜ਼ਿਕ ਜਿਹੜਾ ਲੋਕਾਂ ਦੀ ਕੌਨਸ਼ੀਅਸਨੈਸ ਨਾਲ ਕਨੈਕਟ ਕਰੇ, ਜਿਵੇਂ ਹੁਣ ਕਰਨ ਔਜਲੇ ਨੇ ਗਾਣੇ ਕੱਢਿਆ, ਵਾਜ ਲਿਖਿਆ ਗਾਣਾ, ਬਹੁਤ ਸੋਹਣਾ ਗਾਣਾ ਲਿਖਿਆ, ਕੌਨਸ਼ੀਅਸਨੈਸ ਵੀ ਵਿੱਚ ਗਾਣੇ ਚਾਹੀਦੀ ਹੈ, ਬਟ ਆਲਸੋ ਵਿੱਚ ਜਿਹੜੇ ਹੱਲਾਸ਼ੇਰੀ ਵਾਲੇ ਜੱਟ ਇਹ ਜੱਟ ਉਹ, ਇਹ ਇਟਸ ਵੈਰੀ ਇਟਸ ਇੰਪੋਰਟੈਂਟ ਟੂ ਕੀਪ ਦ ਸਪਿਰਿਟਸ ਹਾਈ। ਅਤੇ ਮੈਂ ਦੇਖਿਆ ਕਿ ਤੁਹਾਡੀ ਉਮਰ ਦੇ ਬੱਚੇ ਜਿਹੜੇ ਹੈ ਕੈਨੇਡਾ ਦੀ ਧਰਤੀ 'ਤੇ ਨਸ਼ਿਆਂ 'ਚ ਉਹਨਾਂ ਦਾ ਬਹੁਤ ਰੁਝਾਨ ਹੈ, ਤੁਹਾਡਾ ਕੀ ਉਹਦੇ ਬਾਰੇ ਵਿਊ ਪੁਆਇੰਟ ਆ? ਦੇਖੋ ਜੀ, ਜਿਹੜੇ ਆਪਣੇ ਡਰੱਗਸ ਦੀ ਪ੍ਰੋਬਲਮ ਆ ਵੈਸੇ ਕਾਫੀ ਪ੍ਰੈਵਲੈਂਟ ਆ, ਜਿਵੇਂ ਆਪਣੇ ਫੈਂਟਨਲ ਦਾ ਕ੍ਰਾਈਸਿਸ ਆ, ਓਪੀਓਇਡ ਕ੍ਰਾਈਸਿਸ ਆ, ਬਹੁਤ ਮੁੰਡੇ ਮੱਖੀਆਂ ਵਾਂਗ ਡਿੱਗੀ ਜਾਂਦੇ ਜਿਵੇਂ ਬੇਸਿਕਲੀ ਹੈ ਨਾ, ਤਾਂ ਇਹ ਬਹੁਤ ਬਚ ਕੇ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ, ਰਾਈਟ? ਆਪਣੇ ਇੰਡੀਆ 'ਚ ਵੀ ਬਹੁਤ ਨਸ਼ਿਆਂ ਦਾ ਪ੍ਰੋਬਲਮ ਹੋ ਗਈ ਸੀ ਰੀਸੈਂਟਲੀ, ਰਾਈਟ? ਆਈ ਫੀਲ ਲਾਈਕ ਦ ਯੂਥ ਆਰ ਫੀਲਿੰਗ ਲਾਈਕ ਦੇ ਨੋਟ ਕਨੈਕਟਿੰਗ ਵਿਦ ਦ ਪੀਪਲ ਅਰਾਊਂਡ ਦਮ, ਆਈ ਫੀਲ ਲਾਈਕ ਦੇ ਆਰ ਫੀਲਿੰਗ ਲੋਨਲੀ ਐਂਡ ਨੋਟ ਰੀਲੀ ਰੀਚਿੰਗ ਆਊਟ ਫਾਰ ਹੈਲਪ ਔਰ ਸਪੋਰਟ ਜਦੋਂ ਉਹਨਾਂ ਨੂੰ ਕੋਈ ਇਸ਼ੂਜ਼ ਆਉਂਦੇ ਆ, ਫਿਰ ਉਹ ਡਰੱਗਸ ਨੂੰ ਟਰਨ ਕਰਦੇ ਆ ਐਂਡ ਦੇ ਟੇਕਿੰਗ ਰੋਂਗ ਟਰਨ, ਅਤੇ ਫਿਰ ਉਹ ਮੈਨੂੰ ਲੱਗਦਾ ਬਹੁਤ ਲੋਕਾਂ 'ਚ ਇਸ ਕਰਕੇ ਪ੍ਰੋਬਲਮ ਆ ਰਹੀ ਇਸ ਚੀਜ਼ ਦੀ, ਬਟ ਇਹਨਾਂ ਚੀਜ਼ ਤੋਂ ਬਚ ਕੇ ਰਹਿਣਾ ਚਾਹੀਦਾ, ਬਹੁਤ ਆਪਣੇ ਅੰਦਰੋਂ ਖਤਮ ਕਰ ਲੈਂਦੀ ਹੈ ਬੰਦੇ ਨੂੰ। ਵੀ ਗਾਟ ਫੋਕਸ ਔਨ ਡੂਇੰਗ ਸਮਥਿੰਗ ਟੂ ਹੈਲਪ ਅਰ ਕਮਿਊਨਿਟੀ, ਇਹਨੂੰ ਬਾਹਰ ਕੱਢਣ ਵਾਸਤੇ ਕਮਿਊਨਿਟੀ ਨੂੰ। ਮੈਰੂਆਨਾ ਦੇਖੋ ਲੀਗਲਾਈਜ਼ ਹੋਇਆ, 6 ਸਾਲ ਹੋਇਆ, ਹਾਂਜੀ ਹਾਂਜੀ, ਕਿ ਇਹਦਾ ਕਿਹੋ ਜਿਹਾ ਅਸਰ ਪਿਆ ਯੰਗ 'ਤੇ? ਬੇਸਿਕਲੀ ਜੀ, ਜਿਹੜਾ ਮੈਰੂਆਨਾ ਹੁਣ ਆਪਣੇ ਬਹੁਤ ਪਹਿਲਾਂ ਤੋਂ ਹੀ ਪ੍ਰੈਵਲੈਂਟ ਸੀਗਾ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੇ ਇੱਥੇ ਹੈਗੇ ਆ ਯੰਗ ਜਨਰੇਸ਼ਨ ਹੈ, ਇਹ ਜਿਹੜਾ ਲੀਗਲਾਈਜ਼ ਹੋਇਆ ਇਸੀ ਚੀਜ਼ ਨੂੰ ਦੇਖ ਕੇ ਉਹਨਾਂ ਨੇ ਕੀਤਾ ਕਿ ਵੀ ਡੋਂਟ ਵਾਂਟ
ਬਲੈਕ ਮਾਰਕੀਟ ਪੈਸੇ ਕਿ ਬਲੈਕ ਮਾਰਕੀਟ ਕੋਲ ਪੈਸਾ ਹੋਵੇ ਕਿ ਉਹਨਾਂ ਕੋਲ ਟੈਕਸਿਸ ਵਗੈਰਾ ਸਾਰੇ ਜਾਣ ਇਸ ਨਾਲ ਆਇਆ ਜੀ ਰਿਸਪੋਂਸਿਬ ਜੇ ਤੁਸੀਂ ਯੂਜ਼ ਕਰਦੇ ਹੋ ਰਿਸਪੋਂਸਿਬਲੀ ਯੂਜ਼ ਕਰੋ ਹੈ ਨਾ ਡੋਂਟ ਯੂਜ਼ ਇਟ ਡੋਂਟ ਡਰਾਈਵ ਰਾਈਟ ਆਈ ਮੀਨ ਡੋਂਟ ਤੁਸੀਂ ਚਲਾ ਕੇ ਤੁਸੀਂ ਗੱਡੀ ਨਾ ਚਲਾਓ ਯੂਜ਼ ਕਰਕੇ ਮੈਂ ਰਵਾਂ ਨਾ ਤੁਸੀਂ ਰਿਸਪੋਂਸਿਬਲੀ ਯੂਜ਼ ਕਰੋ ਜੇ ਤੁਸੀਂ ਯੂਜ਼ ਕਰਦੇ ਹੋ ਅਤੇ ਕੋਈ ਵੀ ਚੀਜ਼ ਹੈ ਜੋ ਸ਼ਰਾਬ ਵੀ ਹੈ ਜਾਂ ਮੈਂ ਰਵਾਉਣਾ ਲੀਗਲ ਹੈ ਇਟਸ ਆਲਵੇਜ਼ ਮੋਡਰੇਸ਼ਨ ਵਿੱਚ ਚੀਜ਼ ਕਰਨੀ ਚਾਹੀਦੀ ਹੈ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਦੇਖੋ ਤੁਸੀਂ ਯੂਥ ਨਾਲ ਜੁੜੇ ਦੇ ਹੋ ਕੈਨੇਡਾ ਦੇ ਮੁੰਡਿਆਂ ਨਾਲ ਕੁੜੀਆਂ ਨਾਲ ਵੀ ਨਸ਼ਿਆਂ ਦਾ ਸੇਵਨ ਕਿਤੇ ਜ਼ਿਆਦਾ ਮੁੰਡਿਆਂ 'ਚ ਕਿ ਕੁੜੀਆਂ 'ਚ ਦੇਖੋ ਜੀ ਆਪਾਂ ਮੈਂ ਕੋਈ ਡੈਫੀਨੇਟਲੀ ਕਹਿ ਨਹੀਂ ਸਕਦਾ ਕਿ ਮੁੰਡੇ ਜ਼ਿਆਦਾ ਕਰਦੇ ਜਾਂ ਕੁੜੀਆਂ ਜ਼ਿਆਦਾ ਕਰਦੀਆਂ ਇਟਸ ਕਿਉਂਕਿ ਮੇਰੇ ਕੋਲ ਸਟੈਟਸ ਹੈਗੀਆਂ ਨਹੀਂ ਅਸਲ 'ਚ ਨਾ ਮੈਂ ਜਦੋਂ ਦੇਖਿਆ ਇਟਸ ਇਟਸ ਅ ਮਿਕਸ ਥਿੰਗ ਇਨ ਗਾਇਜ਼ ਐਂਡ ਗਰਲਸ ਬਟ ਇਟਸ ਇਟਸ ਸਮਥਿੰਗ ਟੂ ਸਟੇ ਅਵੇ ਫਰੋਮ ਡੈਫੀਨੇਟਲੀ ਯੂ ਹੈਵ ਟੂ ਸਟੇ ਅਵੇ ਫਰੋਮ ਦਿਸ ਅਦਰਵਾਈਜ਼ ਜਿਹੜਾ ਇਹ ਆਪਣੇ ਜ਼ਮਾਨੇ ਨੂੰ ਅੰਦਰੋਂ ਖਤਮ ਕਰ ਦੂਗੀ ਜੇ ਆਪਾਂ ਇਸ ਚੀਜ਼ ਵੱਲ ਲੱਗੇ ਰਹੇ ਯੂ ਨੋ ਤੁਹਾਡੇ ਤੇ ਪੀਅਰ ਪ੍ਰੈਸ਼ਰ ਵੀ ਰਿਹਾ ਨਸ਼ਿਆਂ ਨੂੰ ਲੈ ਕੇ ਪੀਅਰ ਪ੍ਰੈਸ਼ਰ ਹਾਂਜੀ ਜ਼ਰੂਰ ਪੀਅਰ ਪ੍ਰੈਸ਼ਰ ਪਜਾਨੇ ਆ ਨਸ਼ਿਆਂ ਦਾ ਜਿਵੇਂ ਲਾਈਕ ਹੁੰਦਾ ਹੀ ਆ ਜਿਵੇਂ ਯੰਗ ਜਨਰੇਸ਼ਨ 'ਚ ਕਿਤੇ ਵੀ ਜਾਓ ਪੀਅਰ ਪ੍ਰੈਸ਼ਰ ਹੁੰਦਾ ਰਾਈਟ ਬਟ ਆਪਣਾ ਪੀਅਰ ਪ੍ਰੈਸ਼ਰ ਨੂੰ ਅਵੋਇਡ ਕਰਨਾ ਚਾਹੀਦਾ ਯੂ ਗਾਟ ਨੋ ਯੂਰ ਵੈਲਿਊਜ਼ ਇਨਸਾਈਡ ਯੂ ਗਾਟ ਨੋ ਹੂ ਯੂ ਆਰ ਐਂਡ ਯੂ ਗਾਟ ਟੂ ਰਿਸਪੋਂਡ ਟੂ ਦੈਟ ਪੀਅਰ ਪ੍ਰੈਸ਼ਰ ਬਾਈ ਅਵੋਇਡਿੰਗ ਵਟ ਯੂ ਡੋਂਟ ਵਾਂਟ ਟੂ ਡੂ ਕਲੱਬ ਕਲਚਰ ਬੜਾ ਆਪਣੇ ਬੱਚਿਆਂ ਦੇ ਵਿੱਚ ਤੁਸੀਂ ਕਲੱਬ ਜਾਂਦੇ ਹੋਗੇ ਤੇ ਇਹ ਕਲੱਬ ਕਲਚਰ ਜਿਹੜਾ ਕੀ ਰੋਲ ਪਲੇ ਕਰਦਾ ਹੈ ਯੂਥ 'ਚ ਇਹ ਕਲੱਬ ਕਲਚਰ ਜੀ ਬੇਸਿਕਲੀ ਇਟਸ ਲਾਈਕ ਅ ਗੈਦਰਿੰਗ ਫੋਰ ਇੰਜੋਇਮੈਂਟ ਐਂਡ ਫਨ ਆਪਣੇ ਜਿਵੇਂ ਆਪਾਂ ਇੰਡੀਆ 'ਚ ਜਿਵੇਂ ਵਿਆਹਾਂ ਸ਼ਾਦੀਆਂ 'ਤੇ ਜ਼ਿਆਦਾ ਪਾਰਟੀ ਕਰਦੇ ਹੈਗੇ ਹੈ ਨਾ ਆਪਣੇ ਕਲੱਬ ਕਲਚਰ ਜਿਵੇਂ ਜਸ਼ਨ ਮਨਾਉਣ ਦੀ ਇੱਕ ਚੀਜ਼ ਹੈ ਪਰ ਮੈਨੂੰ ਨਹੀਂ ਲੱਗਦਾ ਇੱਥੇ ਯੂ ਗੋਟ ਕਿ ਜ਼ਿਆਦਾ ਟਾਈਮ ਬੰਦੇ ਨੂੰ ਹਰ ਇੱਕ ਐਂ ਨਹੀਂ ਕਿ ਹਰ ਇੱਕ ਵਿਕਟ ਹੀ ਬੰਦਾ ਚਲੇ ਗਿਆ ਹੈ ਨਾ ਕਿ ਫਿਰ ਤਾਂ ਜਿਵੇਂ ਪੈਸੇ ਖਰਾਬ ਕਰਨ ਵਾਲੀ ਗੱਲ ਹੋ ਗਈ ਅਤੇ ਆਪਣੇ ਆਪ ਜੇ ਬੰਦਾ ਸ਼ਰਾਬ ਪੀ ਕੇ ਡੈ ਗਿਆ ਅੰਦਰੋਂ ਹੀ ਖਤਮ ਕਰਨ ਵਾਲੀ ਗੱਲ ਹੋ ਗਈ ਜਿਵੇਂ ਕਹਿੰਦਾ ਸੀ ਰਾਈਟ ਇਫ ਯੂ ਸੈਲੀਬ੍ਰੇਟ ਹੇਅਰ ਐਂਡ ਦੇਅਰ ਕਿ ਤੁਸੀਂ ਚਲੋ ਕੋਈ ਚੀਜ਼ ਬਰਥਡੇ ਮਨਾ ਰਹੇ ਹੋ ਜਾਂ ਤੁਸੀਂ ਕੋਈ ਆਪਣੀ ਅਚੀਵਮੈਂਟ ਮਨਾ ਰਹੇ ਹੋ ਚਲੋ ਫਿਰ ਮਜ਼ਾ ਵੀ ਆਉਂਦਾ ਕਿਤੇ ਜਾ ਕੇ ਫਨ ਕਰਨ ਦਾ ਰਾਈਟ ਬਟ ਰੋਜ਼ ਰੋਜ਼ ਵੀ ਚੀਜ਼ ਕਰਨੀ ਵੀ ਚੰਗੀ ਨਹੀਂ ਲੱਗਦੀ ਨਾ ਇਸ ਚੀਜ਼ ਦੀ ਮੋਡਰੇਸ਼ਨ ਵਿੱਚ ਜਿਵੇਂ ਮੈਂ ਕਿਹਾ ਐਵਰੀਥਿੰਗ ਇਨ ਮੋਡਰੇਸ਼ਨ ਤੁਸੀਂ ਇੰਨੀ ਛੋਟੀ ਉਮਰ 'ਚ ਇੰਨੀ ਕਾਮਯਾਬੀ ਨੂੰ ਛੋੜ ਰਹੇ ਹੋ ਔਰ ਦੇਖੋ ਬਿਜ਼ਨਸ 'ਚ ਵੀ ਕਾਮਯਾਬ ਹੋ ਗਾਇਕੀ 'ਚ ਵੀ ਕਾਮਯਾਬ ਹੋ ਕੌਣ ਜ਼ਿੰਮੇਦਾਰ ਹੈ ਤੁਹਾਡੀ ਇਹ ਕਾਮਯਾਬੀ ਲਈ ਦੇਖੋ ਜੀ ਰੱਬ 'ਤੇ ਭਰੋਸਾ ਆਪਣਾ ਆਪਾਂ ਪੂਰਾ ਗੋਡ 'ਤੇ ਫੇਥ ਰੱਖੀਦਾ ਗੋਡ 'ਤੇ ਲਾਈਕ ਬਹੁਤ ਮੈਨੂੰ ਤਾਂ ਉਸ ਰੱਬ ਸੱਚੇ ਪਰਮਾਤਮਾ ਦੀ ਫੇਥ ਹੈ ਪੂਰਾ ਮੈਨੂੰ ਉੱਥੇ ਹੀ ਜਿਵੇਂ ਅੰਦਰੋਂ ਸਟਰੈਂਥ ਮਿਲਦੀ ਹੈ ਹਰ ਇੱਕ ਚੀਜ਼ ਕਰਨ ਦੀ ਐਂਡ ਆਲਸੋ ਵਿਦ ਦੈਟ ਮੇਰੇ ਫੈਮਿਲੀ ਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਫਰੈਂਡਸ ਨੇ ਬਹੁਤ ਸਪੋਰਟ ਕੀਤੀ ਹੈ ਐਂਡ ਮੇਰੇ ਟੀਚਰਸ ਜੋ ਸੀਗੇ ਆਪਣੇ ਜਿਵੇਂ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਡਿਕਸ਼ਨਰੀ ਸਕੂਲ ਵਿੱਚ ਮੈਨੂੰ ਪੜ੍ਹਾਇਆ ਉਹਨਾਂ ਨੇ ਬਹੁਤ ਮੈਨੂੰ ਇਨਫਲੂਐਂਸ ਕੀਤਾ ਇੱਥੇ ਪਹੁੰਚਾਉਣ ਲਈ ਸੋ ਜਿਨ ਲਾਈਕ ਜਿਹੜੇ ਮੇਰੇ ਆਲੇ ਦੁਆਲੇ ਹੈ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਅਤੇ ਐਂਡ ਆਈ ਰੀਅਲੀ ਐਪਰੀਸ਼ੀਏਟ ਐਵਰੀਵਨਸ ਸਪੋਰਟ ਲਾਈਕ ਟੂ ਗੈਟ ਮੀ ਹੇਅਰ ਵੇਅਰ ਆਈ ਐਮ ਟੂਡੇ ਵੈਸਟਰਨ ਕਮਿਊਨਿਟੀ ਜਿਹੜੀ ਹੈ ਕੈਨੇਡਾ ਦੇ ਵਿੱਚ ਉਹ ਗਿਵ ਬੈਕ ਟੂ ਸੋਸਾਇਟੀ ਬਹੁਤ ਬਿਲੀਵ ਕਰਦੀ ਹੈ ਚੈਰਿਟੀ 'ਚ ਬਹੁਤ ਬਿਲੀਵ ਕਰਦੀ ਹੈ ਤੁਸੀਂ ਇੱਦਾਂ ਦੇ ਕੋਈ ਕਦਮ ਚੱਕੇ ਮੈਂ ਦੇਖੋ ਜੀ ਮੈਂ ਬਿਲੀਵ ਕਰਦਾ ਕਿ ਗਰੀਬ ਦੀ ਮੂੰਹ ਗੁਰੂ ਦੀ ਗੋਲਕ ਤੁਸੀਂ ਮੈਂ ਜਿਵੇਂ ਕੋਸ਼ਿਸ਼ ਕਰਦਾ ਕਿਤੇ ਵੀ ਮੈਨੂੰ ਕੋਈ ਇਨ ਨੀਡ ਦੇਖੇ ਜਾਵੇ ਮੈਂ ਉਹਦੀ ਹੈਲਪ ਕਰਾਂ ਔਨ ਦਾ ਸਟਰੀਟ ਵੇਅਰ ਐਵਰ ਯੂ ਸੀ ਦਮ ਜਿੱਥੇ ਵੀ ਤੁਸੀਂ ਦੇਖੇ ਤੁਸੀਂ ਜਦੋਂ ਤੁਸੀਂ ਕਰ ਸਕਦੇ ਹੋ ਤੁਹਾਨੂੰ ਹੈਲਪ ਕਰਨੀ ਚਾਹੀਦੀ ਉਹਨਾਂ ਨੇ ਮੈਂ ਜਿਵੇਂ ਫੋਰਮਲੀ ਇੱਕ ਸਾਡੇ ਯੂਨੀਵਰਸਿਟੀ ਵਿੱਚ ਹੈਲਪਿੰਗ ਹੈਂਡਸ ਆਫ ਹੋਮਲੈਸ ਯੂਥ ਗਰੁੱਪ ਸੀਗਾ ਉਹ ਅਸੀਂ ਬਣਾਇਆ ਸੀਗਾ ਉਸ ਵਿੱਚ ਅਸੀਂ ਜਿਹੜੇ ਹੋਮਲੈਸ ਹੈਗੇ ਕਿਡਸ ਉਹਨਾਂ ਨੂੰ ਜਿਵੇਂ ਚੀਜ਼ਾਂ ਇਕੱਠੀਆਂ ਕਰਕੇ ਦੇਣੀਆਂ ਜਾਂ ਲਾਈਕ ਹੈਲਪ ਕਰਨੀ ਕੋਈ ਫੰਡ ਰੇਜ਼ਰਸ ਰੱਖਣੇ ਇਹੋ ਜਿਹੀ ਚੀਜ਼ਾਂ ਕੀਤੀਆਂ ਸੋ ਆਈ ਸਟਰੋਂਗਲੀ ਬਿਲੀਵ ਕਿ ਚੈਰਿਟੀਜ਼ ਵਿੱਚ ਆਪਾਂ ਨੂੰ ਵੀ ਗਾਟ ਟੂ ਗਿਵ ਬੈਕ ਟੂ ਸੋਸਾਇਟੀ ਸੋਸਾਇਟੀ ਨੂੰ ਹਮੇਸ਼ਾ ਵਾਪਸ ਦੇਣਾ ਚਾਹੀਦਾ ਆਪਾਂ ਨੂੰ ਅੱਜ ਪੂਰਾ ਕੈਨੇਡਾ ਜਿਹੜਾ ਹੈ ਉਹਦਾ ਯੂਥ ਇਵਨ ਪੇਰੈਂਟਸ ਹਰ ਕੋਈ ਤੁਹਾਨੂੰ ਵਾਚ ਕਰ ਰਿਹਾ ਹਾਂਜੀ ਹਾਰਮਨੀ ਟੀਵੀ ਦੇ ਰਾਹੀਂ ਹਾਂਜੀ ਤੁਹਾਡਾ ਉਹਨਾਂ ਲਈ ਕੀ ਮੈਸੇਜ ਹੈ ਬਸ ਮੇਰਾ ਆਹੀ ਮੈਸੇਜ ਹੈ ਜੀ ਕਿ ਯੂ ਨੋ ਵਰਕ ਹਾਰਡ ਐਂਡ ਬੀ ਅ ਗੁੱਡ ਪਰਸਨ ਇਨਸਾਈਡ ਕੰਟਰੀਬਿਊਟ ਪੋਜ਼ਿਟਿਵਲੀ ਟੂ ਸੋਸਾਇਟੀ ਐਂਡ ਅਪਰੀਸ਼ੀਏਟ ਦੋਜ਼ ਅਰਾਊਂਡ ਯੂ ਜਿਹੜੇ ਤੁਹਾਡਾ ਸਪੋਰਟ ਅਤੇ ਤੁਹਾਡਾ ਸਾਥ ਦਿੰਦੇ ਆ ਉਹਨਾਂ ਨੂੰ ਹਮੇਸ਼ਾ ਅਪਰੀਸ਼ੀਏਟ ਕਰਨਾ ਚਾਹੀਦਾ ਅਤੇ ਜਿਹਨਾਂ ਨੂੰ ਤੁਸੀਂ ਲਾਈਕ ਜਿਹਨਾਂ ਨੇ ਤੁਹਾਡੇ ਲਈ ਪਹਿਲਾਂ ਤੁਹਾਨੂੰ ਸ਼ੁਰੂ ਤੋਂ ਹੀ ਰੂਟ ਕੀਤਾ ਤੁਹਾਡੇ ਵਾਸਤੇ ਕਦੇ ਉਹਨਾਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਿਨੀ ਕਰੇ ਹਾਂਜੀ ਥੈਂਕ ਯੂ ਜੀ